ਪੰਜਾਬੀ ਇੰਡਸਟਰੀ ਦਾ ਹਾਸੇ ਕਲਾਕਾਰ ਜਸਵਿੰਦਰ ਭੱਲਾ ਆਪਣੇ ਪਰਿਵਾਰ ਸਮੇਤ ਪਹੁੰਚਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕੀਤੇ ਦਰਸ਼ਨ ਔਰ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਅਸੀਂ ਤਾਂ ਜਦੋਂ ਵੀ ਸਾਡੀ ਕੋਈ ਨਵੀਂ ਫਿਲਮ ਹੁੰਦੀ ਹੈ ਜਾਂ ਜਦੋਂ ਗੁਰੂ ਮਹਾਰਾਜ ਸਾਨੂੰ ਯਾਦ ਕਰਦੇ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ, ਦਰਸ਼ਨ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ, ਅਸੀਂ ਤਾਂ ਤੁਰੰਤ ਉਸੇ ਵੇਲੇ ਹਾਜ਼ਰ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਤਾਂ ਇਸ ਡਰ ਤੋਂ ਹੀ ਖੁਸ਼ੀਆਂ ਮਿਲੀਆਂ ਨੇ। ਕੀ ਕਹਿਣਾ ਜਸਵਿੰਦਰ ਭੱਲਾ ਦਾ, ਆਓ ਤੁਹਾਨੂੰ ਦੱਸਦੇ ਹਾਂ। ਜੀ ਦੇਖੋ ਜੀ, ਮੇਰੀ ਫੈਮਲੀ ਆਈ ਹੋਈ ਸੀਗੀ ਬਾਹਰੋਂ, ਅਤੇ ਉਹਨਾਂ ਨਾਲ ਮੱਥਾ ਟੇਕਣ ਦਾ ਹਰ ਵਾਰੀ ਜਦੋਂ ਵੀ ਆਉਂਦੇ ਨੇ ਉਦੋਂ ਪਲੈਨ ਬਣਦਾ ਹੀ ਹੈ ਜੀ। ਸੋ ਅੱਜ ਵੀ ਆਪਾਂ ਗਾਣਾ ਦਿਨ ਸੀਗਾ ਜੀ, ਅੱਜ ਪਹੁੰਚੇ ਹਾਂ ਇੱਥੇ, ਅਤੇ ਮਤਲਬ ਹਮੇਸ਼ਾ ਪੋਜ਼ਿਟਿਵਿਟੀ ਆਉਂਦੀ ਹੈ ਜਦੋਂ ਦਰਬਾਰ ਸਾਹਿਬ ਆਉਂਦੇ ਹਾਂ, ਅਤੇ ਅੱਜ ਵੀ ਬਹੁਤ ਸਕੂਨ ਮਿਲਿਆ। ਹਾਲਾਂਕਿ ਗਰਮੀ ਇੰਨੀ ਸੀਗੀ ਪਰ ਇੱਥੇ ਆ ਕੇ ਜਿਹੜੀ ਵਾਈਬ ਹੁੰਦੀ ਹੈ ਬਹੁਤ ਪੋਜ਼ਿਟਿਵ ਹੁੰਦੀ ਹੈ ਜੀ। ਸੋ ਬੜਾ ਆਨੰਦ ਆਇਆ ਜੀ। ਪ੍ਰੋਜੈਕਟ ਬਸ ਆ ਰਹੇ ਨੇ ਜੀ ਅੱਗੇ, ਹੁਣ ਦੋ ਤਿੰਨ ਲਾਈਨ ਆਪਣੇ, ਤਾਂ ਉਹਦੇ ਬਾਰੇ ਜਲਦੀ ਦੱਸ ਦਿਆਂ ਜੀ। ਅੱਜ ਦਰਬਾਰ ਸਾਹਿਬ ਜੀ, ਮੈਂ ਪੁਖਰਾਜ ਭੱਲਾ, ਮੇਰੀ ਫੈਮਿਲੀ ਪੁਖਰਾਜ ਦੀ ਫੈਮਿਲੀ ਸਾਰੇ ਇਕੱਠੇ ਹੋ ਕੇ, ਮੇਰੀ ਬੇਟੀ ਨੌਰਵੇ ਤੋਂ, ਸਨ ਇਨ ਲਾਅ, ਬੱਚੇ ਸਾਰੇ, ਮੇਰੇ ਮੰਮਾ, ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਵਾਈਫਾਈ ਨਾਲ। ਸੋ ਮਕਸਦ ਪਰਮਾਤਮਾ ਦਾ ਸ਼ੁਕਰਾਨਾ ਕਰਨਾ, ਔਰ ਇੱਕ ਹੋਰ ਲਾਲਚ ਪਰਮਾਤਮਾ ਦਾ ਆਸ਼ੀਰਵਾਦ ਲੈਣਾ, ਬਲੈਸਿੰਗਸ ਲੈਣੀਆਂ, ਕਿਉਂਕਿ ਪੁਖਰਾਜ ਭੱਲਾ ਅਤੇ ਮੇਰੀ ਫਿਲਮ ਤੇਰੀਆਂ ਮੇਰੀਆਂ ਹੇਰਾ ਫੇਰੀਆਂ 18 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਆ। ਸੋ ਲੋੜ ਹੈ ਪਰਮਾਤਮਾ ਦੇ ਆਸ਼ੀਰਵਾਦ ਦੀ, ਉਹ ਅਸੀਂ ਬਲੈਸਿੰਗ ਲਈ ਅਰਦਾਸ ਕਰ ਰਹੇ ਹਾਂ। ਬਾਕੀ ਆਮ ਜਨਤਾ ਨੂੰ, ਫੈਨਸ ਨੂੰ ਬੇਨਤੀ ਆ ਕਿ ਸਿਨੇਮੇ ਵਿੱਚ 18 ਅਗਸਤ ਨੂੰ ਫਿਲਮ ਦੇਖਣ ਜ਼ਰੂਰ ਪਹੁੰਚਿਓ, ਔਰ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਰਹੇਗਾ ਕਿ ਤੁਹਾਨੂੰ ਫਿਲਮ ਕਿਸ ਤਰ੍ਹਾਂ ਦੀ ਲੱਗੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ।